ਹੁੱਲੜਬਾਜ਼ੀ ਕਰਨੀ ਪੈ ਗਈ ਮਹਿੰਗੀ। ਹੋਲੀ ਮਨਾਉਂਦੇ ਮਚਾ ਰਹੇ ਸੀ ਹੁੜਦੰਗ। ਪੁਲਿਸ ਨੇ ਲਿਆ ਸਖਤ ਐਕਸ਼ਨ, ਫੜ ਕੇ ਥਾਣੇ ਚ ਬੰਦ ਕੀਤੇ ਹੁੱਲੜਬਾਜ਼। ਜੀ ਹਾਂ, ਜਿੱਥੇ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ, ਤਾਂ ਦੂਜੇ ਪਾਸੇ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਿੱਥੇ ਹੋਲੀ ਮਨਾਉਣ ਦੀ ਆੜ ਦੇ ਵਿੱਚ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਨੇ, ਖਰੂਦ ਮਚਾ ਰਹੇ ਨੇ, ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਵੀ ਸਖਤੀ ਵਰਤੀ ਹੈ ਤੇ ਸਖਤ ਐਕਸ਼ਨ ਲੈਂਦਿਆਂ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜੋ ਬਾਈਕ ਦੇ ਉੱਤੇ ਸਵਾਰ ਹੋ ਕੇ ਹੁੜਦੰਗ ਮਚਾ ਰਹੇ ਸਨ, ਬਾਈਕ ਤੇ ਦੋ ਦੋ ਸਲੰਸਰ ਲਗਾ ਕੇ ਰੌਲਾ ਪਾ ਰਹੇ ਸਨ, ਖਰੂਦ ਮਚਾ ਰਹੇ ਸਨ। ਤਸਵੀਰਾਂ ਫਾਜ਼ਿਲਕਾ ਦੀਆਂ ਨੇ ਜਿੱਥੇ ਹੁੜਦੰਗ ਮਚਾਉਣ ਵਾਲਿਆਂ ਤੇ ਪੁਲਿਸ ਨੇ ਸਖਤੀ ਦਿਖਾਈ ਹੈ ਤੇ ਫੜ ਕੇ ਉਹਨਾਂ ਨੂੰ ਥਾਣੇ 'ਚ ਬੰਦ ਕੀਤਾ ਹੈ। ਦਰਅਸਲ ਨੌਜਵਾਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਹੋਲੀ ਤਾਂ ਮਨਾ ਰਹੇ ਸੀ ਪਰ ਨਾਲ ਹੀ ਹੁੱਲੜਬਾਜ਼ੀ ਵੀ ਕਰ ਰਹੇ ਸਨ। ਇੱਕ ਬਾਈਕ ਤੇ ਦੋ ਦੋ ਸਲੰਸਰ ਲਵਾਏ ਹੋਏ ਨੇ, ਜਿਸ ਕਰਕੇ ਇਹ ਖੂਬ ਖਰੂਦ ਵੀ ਮਚਾ ਰਹੇ ਸਨ ਤੇ ਲੋਕ ਵੀ ਡਾਢੇ ਪਰੇਸ਼ਾਨ ਹੋ ਰਹੇ ਸਨ। ਇਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆਏ ਤੇ ਫੜ ਕੇ ਕੱਲੇ ਕੱਲੇ ਨੂੰ ਥਾਣੇ 'ਚ ਬੰਦ ਕਰ ਦਿੱਤਾ ਹੈ। ਜੇਕਰ ਤੁਸੀਂ ਵੀ ਹੋਲੀ ਮਨਾ ਰਹੇ ਹੋ ਤੇ ਇਸ ਗੱਲ ਦਾ ਧਿਆਨ ਰੱਖਿਆ ਜਾਏ ਕਿ ਹੁੱਲੜਬਾਜ਼ੀ ਨਾ ਕਰੋ ਤੇ ਹੁੜਦੰਗ ਨਾ ਮਚਾਓ ਤੇ ਨਾ ਹੀ ਕਿਸੇ ਨੂੰ ਮਚਾਉਣ ਦਿਓ। ਸਰ, ਬਹੁਤ ਹੁੱਲੜਬਾਜ਼ੀ ਹੋ ਰਹੀ ਆ, ਦੇਖੋ ਦੋ ਸਲੰਸਰ ਲਾਏ, ਇਹਨਾਂ ਸਲੰਸਰ ਲਾਇਆ, ਵੱਡੇ ਹਰਨ ਲੱਗੇ ਆ, ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਜੀ। ਪੰਜ ਸੱਤ ਅੱਗੇ ਲੈ ਗਿਆ, ਦੋ ਹੁਣ ਫੜ ਲਿਆ, ਕਈ ਅੱਗੇ ਭਜਾ ਕੇ ਲੈ ਗਿਆ ਮੋਟਰਸਾਈਕਲ, ਇਹ ਬਰਦਾਸ਼ਤ ਨਹੀਂ ਸਰ ਹੋਊ। ਹੁੱਲੜਬਾਜ਼ੀ ਕਰਨੀ ਪੈ ਗਈ ਮਹਿੰਗੀ। ਹੋਲੀ ਮਨਾਉਂਦੇ ਮਚਾ ਰਹੇ ਸੀ ਹੁੜਦੰਗ। ਪੁਲਿਸ ਨੇ ਲਿਆ ਸਖਤ ਐਕਸ਼ਨ, ਫੜ ਕੇ ਥਾਣੇ 'ਚ ਬੰਦ ਕੀਤੇ ਹੁੱਲੜਬਾਜ਼। ਜੀ ਹਾਂ, ਜਿੱਥੇ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ, ਤਾਂ ਦੂਜੇ ਪਾਸੇ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਿੱਥੇ ਹੋਲੀ ਮਨਾਉਣ ਦੀ ਆੜ ਦੇ ਵਿੱਚ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਨੇ, ਖਰੂਦ ਮਚਾ ਰਹੇ ਨੇ, ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਵੀ ਸਖਤੀ ਵਰਤੀ ਹੈ ਤੇ ਸਖਤ ਐਕਸ਼ਨ ਲੈਂਦਿਆਂ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜੋ ਬਾਈਕ ਦੇ ਉੱਤੇ ਸਵਾਰ ਹੋ ਕੇ ਹੁੜਦੰਗ ਮਚਾ ਰਹੇ ਸਨ, ਬਾਈਕ ਤੇ ਦੋ ਦੋ ਸਲੰਸਰ ਲਗਾ ਕੇ ਰੌਲਾ ਪਾ ਰਹੇ ਸਨ, ਖਰੂਦ ਮਚਾ ਰਹੇ ਸਨ। ਤਸਵੀਰਾਂ ਫਾਜ਼ਿਲਕਾ ਦੀਆਂ ਨੇ ਜਿੱਥੇ ਹੁੜਦੰਗ ਮਚਾਉਣ ਵਾਲਿਆਂ ਤੇ ਪੁਲਿਸ ਨੇ ਸਖਤੀ ਦਿਖਾਈ ਹੈ ਤੇ ਫੜ ਕੇ ਉਹਨਾਂ ਨੂੰ ਥਾਣੇ 'ਚ ਬੰਦ ਕੀਤਾ ਹੈ। ਦਰਅਸਲ ਨੌਜਵਾਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਹੋਲੀ ਤਾਂ ਮਨਾ ਰਹੇ ਸੀ ਪਰ ਨਾਲ ਹੀ ਹੁੱਲੜਬਾਜ਼ੀ ਵੀ ਕਰ ਰਹੇ ਸਨ। ਇੱਕ ਬਾਈਕ ਤੇ ਦੋ ਦੋ ਸਲੰਸਰ ਲਵਾਏ ਹੋਏ ਨੇ, ਜਿਸ ਕਰਕੇ ਇਹ ਖੂਬ ਖਰੂਦ ਵੀ ਮਚਾ ਰਹੇ ਸਨ ਤੇ ਲੋਕ ਵੀ ਡਾਢੇ ਪਰੇਸ਼ਾਨ ਹੋ ਰਹੇ ਸਨ। ਇਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆਏ ਤੇ ਫੜ ਕੇ ਕੱਲੇ ਕੱਲੇ ਨੂੰ ਥਾਣੇ 'ਚ ਬੰਦ ਕਰ ਦਿੱਤਾ ਹੈ। ਜੇਕਰ ਤੁਸੀਂ ਵੀ ਹੋਲੀ ਮਨਾ ਰਹੇ ਹੋ ਤੇ ਇਸ ਗੱਲ ਦਾ ਧਿਆਨ ਰੱਖਿਆ ਜਾਏ ਕਿ ਹੁੱਲੜਬਾਜ਼ੀ ਨਾ ਕਰੋ ਤੇ ਹੁੜਦੰਗ ਨਾ ਮਚਾਓ ਤੇ ਨਾ ਹੀ ਕਿਸੇ ਨੂੰ ਮਚਾਉਣ ਦਿਓ। ਸਰ, ਬਹੁਤ ਹੁੱਲੜਬਾਜ਼ੀ ਹੋ ਰਹੀ ਆ, ਦੇਖੋ ਦੋ ਸਲੰਸਰ ਲਾਏ, ਇਹਨਾਂ ਸਲੰਸਰ ਲਾਇਆ, ਵੱਡੇ ਹਰਨ ਲੱਗੇ ਆ, ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਜੀ। ਪੰਜ ਸੱਤ ਅੱਗੇ ਲੈ ਗਿਆ, ਦੋ ਹੁਣ ਫੜ ਲਿਆ, ਕਈ ਅੱਗੇ ਭਜਾ ਕੇ ਲੈ ਗਿਆ ਮੋਟਰਸਾਈਕਲ, ਇਹ ਬਰਦਾਸ਼ਤ ਨਹੀਂ ਸਰ ਹੋਊ।